स्वागत है जी ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਤੇ ਅਸੀਂ ਕਰਾਂਗੇ ਮਾਸਟਰ ਕੈਡਰ ਦੀ ਤਿਆਰੀ ਅੱਜ ਅਸੀਂ ਪੜਾਂਗੇ ਨਾਵਲਕਾਰ ਨਰਿੰਜਨ ਤਸਨੀਮ ਬਾਰੇ ਨਰਿੰਜਨ ਤਸਨੀਮ ਦਾ ਜਨਮ 2 ਮਈ 1929 ਈਸਵੀ ਨੂੰ ਹੋਇਆ ਸੀ ਤੇ ਮੌਤ ਉਹਨਾਂ ਦੀ 17 ਅਗਸਤ 2019 ਨੂੰ ਹੋਈ ਸੀ ਉਮਰ ਉਹਨਾਂ ਦੀ 90 ਸਾਲ ਸੀ ਕਿਤਾ ਉਹਨਾਂ ਦਾ ਅਧਿਆਪਕ ਤੇ ਨਾਵਲਕਾਰ ਵਿਧਾ ਉਹਨਾਂ ਦੀ ਨਾਵਲ ਦੀ ਹੈ ਨਾਵਲ ਉਹਨਾਂ ਨੇ ਸਭ ਤੋਂ ਵੱਧ ਲਿਖੇ ਹਨ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦੀ ਐੱਮ ਏ ਕਰਕੇ ਉਹ ਕਾਲਜ ਵਿੱਚ ਪੜ੍ਹਾਉਣ ਲੱਗ ਪਿਆ ਸਵੈ ਜੀਵਨੀ ਹੈ ਉਹਨਾਂ ਦੀ ਆਇਨੇ ਦੇ ਰੂਬਰੂ ਕਹਾਣੀ ਸੰਗ੍ਰਹਿ ਹਨ ਉਹਨਾਂ ਦੇ 16 ਸ਼ਿੰਗਾਰ ਅਤੇ ਲੇਖਾ ਜੋਖਾ ਨਾਵਲ ਹਨ ਉਹਨਾਂ ਦੇ ਕਸਕ ਪਰਛਾਵਾਂ ਵਿੱਚ ਫੈਨਟੈਂਸਟੀ ਵਿਧੀ ਜਿਹੜੀ ਹੈ ਉਹ ਵਰਤੀ ਗਈ ਹੈ ਤ੍ਰੇੜਾਂ ਦੇ ਰੂਪ ਚੇਤਨਾ ਪ੍ਰਵਾਹ ਪ੍ਰਵਿਰਤੀ ਦਾ ਹੈ ਨਾਵਲ ਹੈ ਰੇਤ ਛਲ ਹਨੇਰਾ ਹੋਣ ਤੱਕ ਇੱਕ ਹੋਰ ਨਵਾਂ ਸਾਲ ਜਦੋਂ ਸਵੇਰ ਹੋਈ 1947 ਪਾਕ ਹਿੰਦ ਦੀ ਵੰਡ ਨਾਲ ਸੰਬੰਧਿਤ ਹੈ ਯੁਗਾਂ ਤੋਂ ਪਾਰ ਈਸ਼ਵਰ ਚਿੱਤਰਕਾਰ ਨੂੰ ਪੇਸ਼ ਕੀਤਾ ਗਿਆ ਇਸ ਨਾਵਲ ਵਿੱਚ ਅਜਨਬੀ ਲੋਕ ਗੁਆਚੇ ਅਰਥ 1993 ਵਿੱਚ ਪ੍ਰਕਾਸ਼ਿਤ ਹੋਇਆ ਅਤੇ 1999 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿਹੜਾ ਸੀ ਉਹ ਮਿਲਿਆ ਸੀ ਗੁਆਚੇ ਅਰਥ ਨੂੰ ਤਲਾਸ਼ ਕੋਈ ਸਦੀਵੀ 1999 ਅਤੇ 2000 ਦੇ ਵਿੱਚ ਲਿਖਿਆ ਗਿਆ ਸੀ ਇੱਕ ਹੋਰ ਨਵਾਂ ਸਾਲ ਤੈਅ ਸੀ ਨਰਿੰਜਨ ਤਸਨੀਮ ਦੇ ਨਾਵਲ ਆਲੋਚਨਾ ਪੁਸਤਕਾਂ ਹਨ ਉਹਨਾਂ ਦੀਆਂ ਪੰਜਾਬੀ ਨਾਵਲ ਦੇ ਆਲੋਚਨਾਤਮਿਕ ਅਧਿਐਨ ਹੈ ਪੰਜਾਬੀ ਨਾਵਲ ਦਾ ਮਹਾਂਦਰਾ ਹੈ ਮੇਰੀ ਨਾਵਲ ਨਿਗਾਰੀ ਨਾਵਲ ਕਲਾ ਅਤੇ ਮੇਰਾ ਅਨੁਭਵ ਸਨਮਾਨ ਮਿਲੇ ਹਨ ਉਹਨਾਂ ਨੂੰ ਗੁਆਚੇ ਅਰਥ ਨਾਵਲ ਨੂੰ ਜੋ ਕਿ 1999 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ 2015 ਵਿੱਚ ਪੰਜਾਬੀ ਸਾਹਿਤ ਰਤਨ ਦਾ ਸਨਮਾਨ ਮਿਲਿਆ ਸੀ ਅੱਗੇ ਹਨ ਕੁਝ ਪ੍ਰਸ਼ਨ ਨਰਿੰਜਨ ਤਸਨੀਮ ਦਾ ਜੀਵਨ ਕਾਲ ਹੈ 1929 ਅਤੇ 2019 ਨਰਿੰਜਨ ਤਸਨੀਮ 'ਤੇ ਕਿਸ ਦਾ ਪ੍ਰਭਾਵ ਸੀ ਪੂਰਨ ਸਿੰਘ ਮਹਿੰਦਰ ਸਿੰਘ ਕੇਸਰ ਈਸ਼ਵਰ ਚਿੱਤਰਕਾਰ ਨਰਿੰਜਨ ਤਸਨੀਮ ਨੇ ਲਿਖਣ ਦੀ ਸ਼ੁਰੂਆਤ ਕਿਸ ਤੋਂ ਕੀਤੀ ਉਰਦੂ ਤੋਂ ਤਲਾਸ਼ ਕੋਈ ਸਦੀਵੀ ਦਾ ਪ੍ਰਕਾਸ਼ਨ ਸਾਲ 2019 ਅਤੇ 2000 ਦੇ ਵਿੱਚ ਕਿਸ ਦੇ ਪ੍ਰਭਾਵ ਹੇਠ ਆਪ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਈਸ਼ਵਰ ਚਿੱਤਰਕਾਰ ਦੇ 16 ਸ਼ਿੰਗਾਰ ਅਤੇ ਲੇਖਾ ਜੋਖਾ ਹੈ ਕਹਾਣੀ ਸੰਗ੍ਰਹਿ ਇੱਕ ਹੋਰ ਨਵਾਂ ਸਾਲ ਦਾ ਪ੍ਰਕਾਸ਼ਨ ਸਾਲ 1974 ਨਰਿੰਜਨ ਤਸਨੀਮ ਨੇ ਕਿਸ ਸ਼੍ਰੇਣੀ ਦੇ ਲੋਕਾਂ ਨੂੰ ਚਿੱਤਰਿਆ ਹੈ ਮੱਧ ਸ਼੍ਰੇਣੀ ਦੇ ਪਹਿਲਾ ਨਾਵਲ ਪਰਛਾਵੇਂ ਕਿਸ ਰਚਨਾ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਗੁਆਚੇ ਅਰਥ 1999 ਵਿੱਚ ਮਿਲਿਆ ਸੀ ਅਤੇ ਪ੍ਰਕਾਸ਼ਨ ਕਦੋਂ ਹੋਇਆ ਸੀ 1993 ਵਿੱਚ ਪ੍ਰਕਾਸ਼ਨ ਆਖਰੀ ਨਾਵਲ ਸੀ ਤਲਾਸ਼ ਕੋਈ ਸਦੀਵੀ ਆਇਨੇ ਰੂਬਰੂ ਦੀ ਵਿਧਾ ਕੀ ਸੀ ਹੁਣੇ ਤੁਸੀਂ ਪੜ੍ਹਿਆ ਸਵੈ ਜੀਵਨੀ ਰਮਿੰਦਰ ਜਸਪੀਰ ਕਿਸ ਨਾਵਲ ਦੇ ਪਾਤਰ ਹਨ ਪਰਛਾਵੇਂ ਦੇ ਪੰਜਾਬੀ ਸਾਹਿਤ ਰਤਨ ਅਵਾਰਡ ਕਦੋਂ ਮਿਲਿਆ 2015 ਵਿੱਚ ਨਰਿੰਜਨ ਤਸਨੀਮ ਨੇ ਮੋਨਾਲੀਜ਼ਾ ਨਾਵਲ ਕਿਸ ਭਾਸ਼ਾ ਵਿੱਚ ਲਿਖਿਆ ਸੀ ਉਰਦੂ ਵਿੱਚ ਨਰਿੰਜਨ ਤਸਨੀਮ ਨੇ ਈਸ਼ਵਰ ਚਿੱਤਰਕਾਰ ਨਾਲ ਸੰਬੰਧਿਤ ਕਿਹੜਾ ਨਾਵਲ ਸੀ ਹੁਣੇ ਅਸੀਂ ਪੜ੍ਹਿਆ ਸੀ ਪਿੱਛੇ ਯੁਗਾਂ ਤੋਂ ਪਾਰ
चेतना प्रवाह के अंदरूनी मन बचनी विधि का नावल त्रेड़ा दे रूप गुआचे अर्थ नावल का प्रकाशन साल 1993 जदों सवेर हुई नावल का सिक्वल किस नावल नूं मन्या जा सकता है जदों सवेर हुई द नावल गुआचे अर्थ बलबीर किस नावल का पात्र है कसक ऐसे निरंजन तस्नीम बारे वीडियो चंगी लगी तो इसनू लाइक सब्सक्राइब ते शेयर जरूर करना थैंक यू।